ਆਹ ਦੋਸਤੋ ਇੱਕ ਪੰਛੀ ਤੁਹਾਨੂੰ ਦਿਖਾਉਨੇ ਆ ਪਿੱਦੀ ਨਿੱਕੇ ਜਿਹੇ ਬੱਚੇ ਨੂੰ ਕੁੜੀ ਨੂੰ ਮੁੰਡੇ ਨੂੰ ਅਕਸਰ ਕਹਿ ਦਿੰਦੇ ਆ ਪਿੱਦੀ ਇਹ ਸਾਈ베ਰੀਅਨ ਚਿਫਚਿਫ ਕਿਹਾ ਜਾਂਦਾ ਏ ਇਸ ਨੂੰ ਤੇ ਇਹ ਪ੍ਰਵਾਸੀ ਪੰਛੀ ਹੈ ਤੇ ਇਹਨੂੰ ਆਮ ਭਾਸ਼ਾ ਚ ਦਰਜੀ ਵੀ ਕਹਿ ਲਿਆ ਜਾਂਦਾ ਤੇ ਇਹ ਪੰਜਾਬ ਦੇ ਵਿੱਚ ਇਨੀ ਇਨੀ ਕਾਫੀ ਵਿਚਰਦਾ ਤੇ ਸਾਈ베ਰੀਅਨ ਪੰਛੀ ਹੈ ਇਹ ਇਹਨੂੰ ਅ ਜਿਹੜਾ ਕਾਨੂੰਨ ਮੁਤਾਬਕ ਫੜਨਾ ਤੇ ਜਾਂ ਮਾਰਨਾ ਇਹ ਜੁਰਮ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਬਹੁਤ ਛੋਟਾ ਪੰਛੀ ਹੈ ਬੜਾ ਖੂਬਸੂਰਤ ਹੈ ਤੇ ਪੱਤਿਆਂ ਨੂੰ ਮੋੜ ਕੇ ਉਸ ਦਾ ਇਹ ਆਲਣਾ ਵੀ ਬਣਾ ਲੈਂਦਾ ਹੈ ਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਇਹਨਾਂ ਪੰਛੀਆਂ ਦੀ ਬਹੁਤਾਰ ਸਰਦੀ ਮਹੀਨੇ ਅਕਸਰ ਹੁੰਦੀ ਹੈ ਤੇ ਇਹ ਦੇਖੋ ਤੁਸੀਂ ਇਹ ਕੁਦਰਤੀ ਇੱਕ ਆਪਣਾ ਹੈ ਗਰੀਬ ਖਾਨੇ ਚ ਬਰਾਂਡਾ ਤੋਪੇ ਬੈਣ ਵਾਲਾ ਜੁਗਾੜ ਜਿੱਥੇ ਇਹ ਬਰਾਂਡੇ ਦੇ ਵਿੱਚ ਆਇਆ ਹੋਇਆ ਇੱਥੇ ਵੈਸੇ ਆਪਣੇ ਆਲੇ-ਦਾਲੇ ਬਹੁਤ ਘੁੰਮਦੇ ਨੇ ਇਹ ਤੇ ਪਿੱਦੀ ਹੈ ਇਸ ਦਾ ਨਾਂ ਹਰੇ ਰੰਗ ਦਾ ਹੁੰਦਾ ਥੋੜੀ-ਥੋੜੀ ਹਰੀ ਭਾਅ ਮਾਰਦਾ ਬਹੁਤ ਛੋਟਾ ਜਿਹਾ ਪੰਛੀ ਹੈ ਤੇ ਤੁਹਾਡੇ ਆਲੇ-ਦੁਆਲੇ ਵੀ ਹੋਵੇਗਾ ਨਾ ਇਹਦਾ ਪਿੱਦੀ ਤੇ ਬਾਕੀ ਇਹਦੇ ਬਾਰੇ ਡਾਕਟਰ ਗੁਰਮੀਤ ਸਿੰਘ ਬਾਜੀ ਨਾਲ ਆਪਾਂ ਕਈ ਵਾਰੀ ਮੁਲਾਕਾਤ ਵੀ ਕੀਤੀ ਹੈ ਵੱਖ-ਵੱਖ ਪੰਛੀਆਂ ਦੇ ਮੁਤਲਕ ਡਾਕਟਰ ਗੁਰਮੀਤ ਸਿੰਘ ਵੱਖ-ਵੱਖ ਅਖਬਾਰਾਂ ਦੇ ਵਿੱਚ ਮੀਡੀਆ 'ਚ ਲਿਖਦੇ ਨੇ ਉਹਨਾਂ ਨੇ ਵੀ ਇਸ ਬਾਰੇ ਕਈ ਵਾਰੀ ਜਾਣਕਾਰੀ ਦਿੱਤੀ ਹੈ ਡਾਕਟਰ ਗੁਰਮੀਤ ਸਿੰਘ ਸੋ ਪਿੱਦੀ ਦੇ ਬਾਰੇ ਉਹਨਾਂ ਨੇ ਲਿਖਿਆ ਕਿ ਇਹ ਨਿੱਕੇ ਪੰਛੀਆਂ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਤੇ ਇਸ ਨੂੰ ਸਾਈਬੀਰੀਅਨ ਚਿਫ ਚਾਫ ਵੀ ਕਿਹਾ ਜਾਂਦਾ ਹੈ ਇਸ ਪੰਛੀ ਨੂੰ ਕਿਸੇ ਵੀ ਤਰ੍ਹਾਂ ਮਾਰਨਾ ਫੜਨਾ ਜ਼ੁਰਮ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੈ ਤੇ ਇਸ ਸਬੰਧੀ ਇਹ ਉੱਤਰੀ ਅਫਰੀਕਾ ਦੇ ਵਿੱਚ ਵੇਖਣ ਦੇ ਵਿੱਚ ਪਹਿਲੀ ਵਾਰ ਹੀ ਆਇਆ ਸੀਗਾ ਸਰਦੀਆਂ ਦੇ ਦੌਰਾਨ ਇਹ ਦੱਖਣੀ ਏਸ਼ੀਆ ਉੱਤਰੀ ਅਫਰੀਕਾ ਦੇ ਵਿੱਚ ਵੀ ਵੇਖਣ ਚਾਹੁੰਦਾ ਇੰਡੀਆ 'ਚ ਵੀ ਹੁੰਦਾ ਸੋ ਪਿੱੱਦਾ ਪਿੱਦੀ ਉਪਰੋਂ ਕੁਸਮਾਲੇ ਸਲੇਟੀ ਭੂਰੇ ਹਰੇ ਰੰਗ ਦਾ ਪੰਛੀ ਹੁੰਦਾ ਤੇ ਚਿੱਟਾ ਹੁੰਦਾ ਹਲਕੇ ਰੰਗ ਦੀ ਭਾਅ ਮਰਦਾ ਹਲਕੇ ਹਰੇ ਰੰਗ ਦੀ ਪਰਵਟੇ ਕੁਸਮਾਲੇ ਜੇ ਅੱਖਾਂ ਤੇ ਚਿੱਟੀ ਭੂਰੀ ਕਾਲੀ ਧਾਰੀ ਵੀ ਹੁੰਦੀ ਹੈ ਪਰ ਇਸ ਦਾ ਪੁੰਜਾ ਗੂੜੇ ਰੰਗ ਦਾ ਹੁੰਦਾ ਹੈ ਜਿਵੇਂ ਲਿਖਿਆ ਡਾਕਟਰ ਗਰਬੀਸ਼ ਸਿੰਘ ਹੋਰਾਂ ਨੇ ਇਹਨਾਂ ਦੇ ਖੰਭਾਂ ਦੇ ਸਿਰੇ ਤੇ ਹਲਕੇ ਹਲਕੇ ਪੀਲੇ ਹਰੇ ਖੰਭ ਹੁੰਦੇ ਨੇ ਤੇ ਅੱਖਾਂ ਭੂਰੀਆਂ ਹੁੰਦੀਆਂ ਨੇ ਤੇ ਚੁੰਝ ਵੀ ਗੂੜੀ ਭੂਰੇ ਰੰਗ ਦੀ ਹੁੰਦੀ ਹੈ ਨਰ ਤੇ ਮਾਦਾ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਤੇ ਇਹ ਖਾਸ ਕਰਕੇ ਪੰਜਾਬ ਦੇ ਵਿੱਚ ਘਰਾਂ ਦੇ ਆਲੇ ਦੁਆਲੇ ਵਿਚਰਦਾ ਦਰਜੀ ਵੀ ਕਹਿੰਦੇ ਨੇ ਇਹਨੂੰ دریاਵਾਂ ਦਰਖਤਾਂ ਦੇ ਕੰਡਿਆਂ ਤੇ ਨਦੀਆਂ ਨਾਲਿਆਂ ਦੇ ਪਾਣੀ ਵਾਲੀ ਜਗ੍ਹਾ ਤੇ ਜਿੱਥੇ ਛੋਟੇ ਛੋਟੇ ਰੁੱਖ ਨੇ ਫੁੱਲ ਨੇ ਉਹਨਾਂ ਫੁੱਲਾਂ ਦਾ ਰਸ ਚੂਸਦਾ ਹੈ ਦਰਖਤਾਂ ਦੇ ਝਾੜੀਆਂ ਤੋਂ ਛੋਟੇ-ਛੋਟੇ ਕੀੜੇ ਮਕਵਾੜੇ ਵੀ ਫੜ ਕੇ ਖਾਂਦਾ ਹੈ ਤੇ ਨਿੱਕੀਆਂ-ਨਿੱਕੀਆਂ ਉਡਾਰੀਆਂ ਵੀ ਸ਼ਿਕਾਰ ਦੇ ਵਿੱਚੇ ਮਾਰਦਾ ਹੈ ਕੀਟ ਪਦੰਗਿਆਂ ਦੇ ਵਾਸਤੇ ਸੋ ਸਾਈਬੀਰੀਆ ਦੇ ਪੂਰਬੀ ਭਾਗ ਦੇ ਵਿੱਚ ਇਹ ਪਿੱਦੀ ਕਿਸਮ ਦੀਆਂ ਜਿਹੜੀਆਂ ਚਿੜੀਆਂ ਨੇ ਪ੍ਰਜਨਨ ਕਰਦੀਆਂ ਨੇ ਤੇ ਕਿਉਂਕਿ ਰੁੱਖਾਂ ਦੇ ਪੱਤੇ ਕੀੜੇ ਮਕਵਾੜੇ ਨੂੰ ਜ਼ਿਆਦਾ ਖਾਣ ਦੇ ਸ਼ੌਕੀਨ ਹੁੰਦੇ ਨੇ ਇਸ ਕਰਕੇ ਇਹਨਾਂ ਨੂੰ ਲੀਫ ਵਰਵਰਲ ਵੀ ਕਿਹਾ ਜਾਂਦਾ ਹੈ ਮਨੁੱਖ ਦੇ ਮਿੱਤਰ ਪੰਛੀ ਨੇ ਇਹ ਇਹ ਮੱਖੀਆਂ ਖਾਣ ਦਾ ਵੀ ਇਹ ਪੰਛੀ ਸ਼ਕੀਨ ਹੈ ਤੇ ਇਸ ਕਰਕੇ کافی ਸੁੱਕੇ ਰਸਤੇ ਜਿੱਥੇ ਆਲੇ ਦੋਲੇ ਚੰਗੀਆਂ ਝਾੜੀਆਂ ਬਣਾ ਵਾਲਾ ਰਕਬਾ ਹੋਵੇ ਨਹਿਰ ਦਾ ਕੰਡਾ ਹੋਵੇ ਜਾਂ ਤੁਹਾਡੇ ਬਾਗ ਬਗੀਚਾ ਉੱਥੇ ਆਉਂਦੇ ਨੇ ਤੇ ਇਸ ਦੌਰਾਨ ਇਸ ਨੂੰ ਭਾਰਤੀ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਅਨਸਾਰ ਇਸ ਪੰਛੀ ਨੂੰ ਫੜਨਾ ਇਹਦਾ ਸ਼ਿਕਾਰ ਕਰਨਾ ਇਹਦੀ ਖਰੀਦੋ ਫਰੋਕਤ ਹਰ ਤਰ੍ਹਾਂ ਦੇ ਪਾਬੰਦੀ ਹੈ ਐ ਡਾਕਟਰ ਗੁਰਮੀਤ ਸਿੰਘ ਨੇਚਰ ਕਨ ਸਰਵੇਸ਼ਨ ਸੁਸਾਇਟੀ ਪੰਜਾਬ ਦੇ ਨਾਲ ਵਾਸਤਾ ਨੇ ਅਕਸਰ ਪੰਛੀਆਂ ਦੇ ਬਾਰੇ ਬੜੀ ਕਮਾਲ ਦੀ ਜਾਣਕਾਰੀ ਡਾਕਟਰ ਆ ਗਰਮੇਸਿੰਗ ਹੋ ਰਹੀ ਦੰਦੇ ਨੇ ਤੇ ਇਹ ਕੁਦਰਤੀ ਅੱਜ ਇਹ ਜਿਹੜੀ ਪਿੱਦੀ ਸੀ ਆਈ ਸਾਡੇ ਵਿਹੜੇ ਤੇ ਮੈਂ ਸੋਚਿਆ ਸੀ ਜ਼ਰੂਰ ਇਸ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂ ਤੇ ਤੁਹਾਨੂੰ ਥੋੜੀ ਜਿਹੀ ਹੋਰ ਵੀਡੀਓਸ ਦੀ ਦਿਖਾਉਣਾ ਕਿਉਂਕਿ ਇਸ ਨੂੰ ਫੜਨਾ ਇੱਥੇ ਸਾਡੇ ਘਰਾਂ ਦੇ ਨੇੜੇ ਤੇੜੇ ਤੁਹਾਡੇ ਵੀ ਹੋਣਗੇ ਆਮ ਪੰਛੀ ਇਹ ਘੁੰਮਦੇ ਨੇ ਪਰ ਅਸੀਂ ਇਹਨਾਂ ਨੂੰ ਨੋਟਿਸ ਨਹੀਂ ਗਈ ਵਾਰੀ ਕਰਦੇ ਤੇ ਪਰ ਇਹ ਵੀ ਕੁਦਰਤ ਦਾ ਰੰਗ ਨੇ ਆਓ ਇਸ ਦੀ ਥੋੜੀ ਹੋਰ ਵੀਡੀਓ ਵੇਖਦੇ ਆਂ ਅਗਰ ਮੈਂ ਰਿਕਾਰਡ ਕਰ ਸਕਿਆ ਇਓ ਕਸ ਨੂੰ ਫੜਨਾ ਵੀ ਜ਼ੁਰਮ ਐ ਤੇ ਐਵੇਂ ਆਪਾਂ ਫੜ ਲਈਏ ਤੇ ਮੁੜ ਕੇ ਤੁਹਾਨੂੰ ਪਤਾ ਵੀ ਕਿ ਪਰਚਾ ਤਾਂ ਚਿੜੀ ਫੜਨ ਦਾ ਹੀ ਹੋ ਜਾਣਾ ਸੋ ਇਹ ਦਿਖੋਣਾ ਤੁਹਾਨੂੰ ਪਿੱਦੀ ਕਈ ਕਹਾਣੀਆਂ ਵੀ ਨੇ ਪਿੱਦੀ ਪਿੱਦਿਆਂ ਦੀ ਸੋ ਇਹ ਐ ਨਿਕੜੀ ਪਿੱਦੀ ਇਹ ਉਹ ਰਾਂਡਾ ਬਾਈ ਥੋਪ ਇੱਥੇ ਪੈਂਦੀ ਚਾਰੇ ਬੰਨਿਓ ਤੇ ਆਪਣਾ ਇਹ ਪਸੰਦੀਦਾ ਥਾਂ ਆ ਪੜਨ ਤੇ ਦੁਪਹਿਰਾ ਕੱਟਣ ਵਾਲਾ ਪਿੱਦੀਏ ਨੀ ਪਿੱਦੀਏ ਟੱਕ ਜਾਨੀ ਪਿੱਦੀਏ ਸੋ ਇਧਰ ਐਕਚੁਅਲੀ ਸਾਹਮਣੇ ਤੋਂ ਸੂਰਜ ਪੈਂਦਾ ਇਸ ਕਰਕੇ ਪਿੱਦੀ ਕੈਮਰੇ ਚ ਨਹੀਂ ਆਉਂਦੀ ਮੈਂ ਫੋਨ 'ਚ ਹੀ ਰਿਕਾਰਡ ਕਰ ਰਿਆ ਪ੍ਰੋਫੈਸ਼ਨਲ ਕੈਮਰੇਜ ਦਾ ਸ਼ਾਇਦ ਜ਼ੂਮ ਵੀ ਆ ਜਾਏ ਤੇ ਲੌ ਵੀ ਪਿੱਦੀ ਪਹਿਲਾਂ ਪਾਉਂਦੀ ਆ ਤੇ ਇਹ ਸੀ ਪਿੱਦੀ ਦੀ ਕਹਾਣੀ ਬਾਗਾ ਤੇ ਰਾਗਾ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਜ਼ੂਮ ਕਰਕੇ ਤੁਸੀਂ ਜਿਆਦਾ ਵੇਖ पाओਗੇ ਪਿੱਦੀਏ ਨੀ ਪਿੱਦੀਏ ਇਹ ਨੀ ਪਿੱਦੀਏ ਕਿਉਂ ਫੁਦਕਦੀਆਂ ਪਿੱਦੀ ਫੁਦਕ ਫੁਦਕ ਕੇ ਨਾਚ ਦਿਖਾਉਂਦੀ ਐ ਤੇ ਅੱਜ ਵਰਾਂਡੇ ਚ ਖੇਡਦੀ ਫਿਰਦੀ ਐ ਪਿੱਦੀ ਲਾਓ ਦੋਸਤੋ ਸੋ ਇਹ ਐ ਬਲੇਹਾਰੀ ਕੁਦਰਤ ਵਸਿਆ ਤੇ ਰਾਤ ਨਾ ਜਾਏ ਲੱਗਿਆ ਸੋ ਏਸੀ ਪਿੱਦੀ ਦੀ ਕਹਾਣੀ ਧੰਨਵਾਦ